ਘਰ ਵਿੱਚ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ। ਮੈਥਪੁਰ ਦੇ ਪਿੰਡ ਉਦੋਪਾਲ ਵਿੱਚ ਇੱਕ ਘਰ ਵਿੱਚ ਦਾਖਲ ਹੋ ਕੇ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਘਰ ਵਿੱਚ ਮਾਂ ਅਤੇ ਪੁੱਤਰ ਨੂੰ ਗੋਲੀਆਂ ਲੱਗਣ ਕਾਰਨ ਮਾਂ ਦੀ ਮੌਤ ਹੋ ਗਈ ਅਤੇ ਪੁੱਤਰ ਨੂੰ ਨਕੋਦਰ ਦੇ ਸਿਵਲ ਹਸਪਤਾਲ ਤੋਂ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਅਤੇ ਪਰਿਵਾਰ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇੱਕ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਇਆ ਅਤੇ ਉਸਨੇ ਗੇਟ ਖੜਕਾਇਆ ਅਤੇ ਕਿਹਾ ਕਿ ਤੁਹਾਡਾ ਬਿਜਲੀ ਦਾ ਮੀਟਰ ਚੈੱਕ ਕਰਨਾ ਹੈ, ਅਤੇ ਜਦੋਂ ਘਰ ਵਿੱਚ ਮਹਿਲਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਮੋਟਰਸਾਈਕਲ ਸਵਾਰ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਮਹਿਲਾ ਦੀ ਮੌਤ ਹੋ ਗਈ, ਅਤੇ ਜਦੋਂ ਉਸਦੇ ਪੁੱਤਰ ਨੇ ਆ ਕੇ ਦੇਖਿਆ ਤਾਂ ਉਸ ਨੂੰ ਵੀ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਨਾਮ ਸੁਖਦੇਵ ਹੈ ਜੀ, ਕੀ ਗੱਲਬਾਤ ਕੀ ਹੋਈ ਹੈ? ਗੱਲਬਾਤ ਜੀ, ਸੁਬਹਾ ਮੋਰਨਿੰਗ ਕਰੀਬ ਟਾਈਮ ਹੋਣਾ 6:30 ਜੀ, ਅਣਪਛਾਤਾ ਬੰਦਾ ਘਰ ਆਇਆ ਜੀ ਪਿੰਡ ਉਦੋਵਾਲ 'ਚ, ਉਹਨੇ ਆ ਕੇ ਗੇਟ ਖਿਲਾਇਆ, ਕਹਿੰਦਾ ਜੀ ਤੁਹਾਡੇ ਬਿਜਲੀ ਦਾ ਮੀਟਰ ਖਰਾਬ ਆ। ਘਰ ਦੀ ਕੁੜੀ ਸਾਡੀ ਕਹਿੰਦੀ ਕਿ ਨਹੀਂ ਮੀਟਰ ਠੀਕ ਆ, ਉਹਨੇ ਇਹਨੂੰ ਗੱਲ ਕਹਿਣ ਦੇ ਸੁਣਦਿਆਂ ਸਾਰੀ ਫਾਇਰਿੰਗ ਸ਼ੁਰੂ ਕਰਤੀ। ਬੇਟਾ ਬਾਹਰ ਆਪਣੀ ਮਾਂ ਦੀ ਆਵਾਜ਼ ਸੁਣ ਕੇ ਆ ਤਾਂ ਉਹਨੇ ਬੇਟੇ 'ਤੇ ਵੀ ਫਾਇਰ ਕਰਤੀ ਜੀ, ਅਤੇ ਰੌਲਾ ਰੌਲਾ ਪਾਇਆ ਜੀ, ਮਾਰ ਕੇ ਤੋਂ ਭੱਜ ਗਿਆ ਜੀ ਬੰਦਾ। ਇੱਕ ਜਣਾ ਸੀ ਜਾਂ ਜ਼ਿਆਦਾ ਸੀ? ਨਹੀਂ, ਬੰਦਾ ਮੇ ਵੀ ਸ਼ਾਇਦ ਇਕੱਲਾ ਆਦਮੀ ਸੀਗਾ ਜੀ, ਅਤੇ ਜਿਹ 'ਚ ਸਾਡੀ ਬੇਟੀ ਸੀ ਗੁਰਬਖਸ਼ ਕੌਰ, ਉਹਦੀ ਮੌਤ ਹੋ ਗਈ ਹੈ ਜੀ, ਅਤੇ ਮੁੰਡੇ ਨੂੰ ਇੱਥੋਂ ਸਰਕਾਰੀ ਹੋਸਪਿਟਲ ਨੇ ਜਲੰਧਰ ਰੈਫਰ ਕਰਤਾ ਆ। ਕੀ ਨਾਮ ਆ? ਦੀਪਕ ਕੁਮਾਰ ਮੁੰਡਿਆਂ ਨਾਮ ਆ ਜੀ। ਤੁਹਾਡਾ? ਮੇਰਾ ਭਾਣਜਾ ਜੀ। ਅੱਛਾ ਅੱਛਾ, ਜਿਹੜਾ ਆਇਆ ਸੀਗਾ ਵਿਅਕਤੀ ਆਇਆ ਸੀਗਾ, ਇਹਦੇ ਬੂਹਾਂ ਬੰਨਿਆ ਸੀ ਜਾਂ ਕਿਸ ਤਰ੍ਹਾਂ? ਕੋਈ ਨਹੀਂ, ਉਹ ਮੂੰਹ ਨਹੀਂ ਬੱਧਿਆ ਦਾ ਜੀ। ਕੋਈ ਪੁਰਾਣੀ ਰੰਜਿਸ਼ ਚੱਲਦੀ? ਕੋਈ ਰੰਜਿਸ਼ ਨਹੀਂ, ਇਹੋ ਜਿਹੀ ਗੱਲਬਾਤ ਨਹੀਂ ਕੋਈ ਹੈਗੀ ਜੀ। ਅਤੇ ਕੀ ਲੱਗਦਾ ਕੀ ਆ, ਕਾਰਨ ਕੀ ਲੱਗਦਾ? ਕਾਰਨ ਤਾਂ ਹੁਣ ਪੁਲਿਸ ਟੇਸ ਕਰ ਰਹੀ ਹੈ, ਉਦੋਂ ਬਾਅਦ 'ਚ ਲੱਗੂਗਾ ਜੀ ਜੋ ਪੁਲਿਸ ਟੇਸ ਕਰੂਗੀ ਉਹਨੂੰ। ਅਤੇ ਕੀ ਮੰਗ ਕਰਦੇ ਹੋ ਤੁਸੀਂ? ਮੰਗ ਪ੍ਰਸ਼ਾਸਨ ਤੋਂ ਇਹ ਕਰਦੀ ਕਿ ਸਾਡੀ ਹੈਲਪ, ਸਾਡਾ ਜਿਹੜਾ ਦੋਸ਼ੀ ਹੈ ਜਿਹਨੇ ਸਾਡੀ ਬੇਟੀ ਨੂੰ ਮੌੜ ਦੇ ਘਾਟ ਤਾਰਤਾ ਬੰਦਾ ਸਾਡਾ ਰੋਕੀ ਕਰਦਾ, ਉਹਨੂੰ ਦੋਸ਼ੀ ਨੂੰ ਫੜਨ ਫੜ ਕੇ ਉਹਨੂੰ ਸਜ਼ਾ ਦੇਣ ਜੀ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਇਹ ਮੰਗ ਕਰਦੇ ਜੀ ਪ੍ਰਸ਼ਾਸਨ ਕੋਈ। ਹਾਂਜੀ ਸਰ, ਸਰ ਕੀ ਮਾਮਲਾ ਜੀ ਇਹ? ਮਾਮਲਾ ਵੀ ਸਵੇਰੇ ਨੂੰ ਤਲਾਹ ਮਿਲੀ ਸੀਗੀ, ਕੋਈ ਅਣਪਛਾਤਾ ਵਿਅਕਤੀ ਆਇਆ ਘਰ ਦੇ ਵਿੱਚ ਅਤੇ ਜਿਹਨੇ ਫਾਇਰ ਕੀਤੇ ਆ, ਅਤੇ ਜਿਹਨਾਂ ਇੱਕ ਲੇਡੀ ਦੇ ਗੋਲੀ ਲੱਗੀ ਅਤੇ ਇੱਕ ਮੁੰਡੇ ਦੇ ਗੋਲੀ ਲੱਗੀ ਹੈ, ਜਿਹਨਾਂ ਨੂੰ ਇਲਾਜ ਲਈ ਤਾਂ ਸਿਰਫ ਹਸਪਤਾਲ ਲਿਆਂਦਾ ਸੀਗਾ, ਜਿਹਦੇ ਡਾਕਟਰ ਚੈੱਕ ਕਰਕੇ ਦੱਸਿਆ ਜੀ ਲੇਡੀ ਉਹਦੀ ਮੌਤ ਹੋ ਗਈ ਹੈ ਅਤੇ ਮੁੰਡਾ ਜਿਹੜਾ ਜੇਰੇ ਇਲਾਜ ਵਾ। ਜਿਹਨਾਂ ਦੀ ਮੌਤ ਹੋਈ ਉਹਨਾਂ ਦਾ ਨਾਮ ਕੀ ਹੈ? ਗੁਰਬਖਸ਼ ਕੌਰ ਉਹਨਾਂ ਦਾ ਨਾਮ। ਕਿਹੜਾ ਪਿੰਡ ਇਹ? ਉਦੋਵਾਲ ਜੀ। ਅਤੇ ਜਿਹਦੇ ਜਿਹੜਾ ਜ਼ਖਮੀ ਹੈਗਾ ਉਹਦਾ ਨਾਮ ਕੀ? ਉਹਨਾਂ ਦਾ ਬੇਟਾ ਵਾ ਦੀਪਕ ਜੀ। ਪਤਾ ਲੱਗਾ ਕਿ ਕੀ ਕਾਰਨ ਹੋਇਆ ਗੋਲੀਆਂ ਚੱਲਣ ਦਾ? ਉਹ ਮਤਲਬ ਚੱਲ ਰਹੀ ਹੈ ਤਾਂ ਭਤੀਜੇ ਜਾਂ ਚੱਲ ਰਹੀ ਹੈ, ਕੋਈ ਸੀਸੀਟੀਵੀ 'ਚ? ਹਾਂਜੀ, ਕੋਈ ਸੀਸੀਟੀਵੀ ਸਾਹਮਣੇ ਆਈ ਹੋਵੇ? ਸੀਸੀਟੀਵੀ 'ਚ ਇੱਕ ਚੈੱਕ ਕੀਤੀਆਂ ਜਾ ਰਹੀਆਂ ਵਾ, ਹਰ ਇੱਕ ਸ਼ੱਕੀ ਵਿਅਕਤੀ 'ਤੇ ਚੈੱਕ ਕੀਤਾ ਜਾ ਰਿਹਾ ਜੋ ਵੀ ਤੋਂ ਲੰਘਿਆ ਉਸ ਟਾਈਮ। ਅਤੇ ਕਿੰਨੇ ਜਣੇ ਸੀਗੇ ਜਿਨ੍ਹਾਂ ਨੇ ਗੋਲੀਆਂ? ਇੱਕ ਜਣਾ ਸੀਗਾ।